ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 1917। ਸੋ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਇੱਥੋਂ 7 ਨਗ ਕਵਰ ਕਰਕੇ ਦਿਖਾਵਾਂਗੇ, 2 ਤਾਜ਼ੀਆਂ ਸੂਈਆਂ ਹੋਈਆਂ ਅਤੇ 5 ਗੱਭਣਾ। ਸੋ ਵੀਰ ਕੋਲ 7 ਨਗ ਫੋਰ ਸੇਲ ਆ। ਸੋ ਜਦੋਂ ਆਪਾਂ ਵੀਰ ਕੋਲ ਪਹੁੰਚਦੇ ਚੰਗੇ ਸਾਫ਼ ਸੁਥਰੇ ਨਗੀਨੇ ਹੀ ਆਉਂਦੇ ਆ। ਇੱਥੇ ਟੋਪ ਕਲਾਸ 50 ਲੀਟਰ ਤੱਕ ਦੇ ਵੀਰ ਚਵਾਈ ਕਰਕੇ ਵੀ ਇੱਥੇ ਬੈਠਾ ਵੇਚ ਚੁੱਕਿਆ। ਸੋ ਚੰਗੇ ਸਾਫ਼ ਸੁਥਰੇ ਨਗੀਨੇ। ਸੋ ਹੋ ਗਏ, ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਬਾਈ ਭਾਵਨਪ੍ਰੀਤ ਸਿੰਘ, ਪਿੰਡ ਹੰਡਿਆਇਆ, ਜ਼ਿਲ੍ਹਾ ਬਰਨਾਲਾ ਜੀ। ਮੋਬਾਈਲ ਨੰਬਰ ਜੀ? ਕੰਟੈਕਟ ਨੰਬਰ ਹੈ 98 77 86 82 99, ਅਤੇ ਦੂਜਾ ਨੰਬਰ ਹੈਗਾ 79 35 3840। ਅੱਜ ਆਪਣੇ ਕੋਲ 7 ਨਾਗ ਇਸ ਵਕਤ ਹਾਜ਼ਰ ਹਨ ਬਾਈ, ਆਪਣੇ ਕੋਲ 7 ਗਾਵਾਂ ਨੇ ਸੇਲ ਲਈ। ਠੀਕ ਹੈ, ਅਤੇ ਪਹਿਲਾ ਨੰਬਰ ਜਿਹੜੀ ਵੈਰਾਇਟੀ ਆਪਾਂ ਤਾਜ਼ੀ ਸੂਈ ਦੇਖਦੇ ਪਏ ਹਾਂ, ਕਿਹੜਾ ਸੂਆ ਸੂਈ ਹੈ ਬਾਈ? ਪਹਿਲਾਂ ਨਾ ਸੂਈ ਹੈਗੀ। ਠੀਕ ਹੈ, 2 ਦਾ ਹੋ ਗਿਆ, 4 ਦੰਦ ਚੱਕਦੀ ਹੈ ਬੱਸੀ। ਠੀਕ ਹੈ, ਮਗਰ ਵੀਰੇ ਬੱਸੀ ਹੈਗੀ। ਮਗਰ ਇਹਦੇ ਬੱਚੀ ਆ, ਬਹੁਤ ਸੋਹਣੀ ਬੱਸੀ ਹੈ, ਪਿਆਰੀ। ਠੀਕ ਹੈ, ਸੂਈ ਨੂੰ ਥੋੜਾ ਜਿਹਾ ਹੋਇਆ ਲੱਗਦਾ ਨਾ ਬਾਈ? 20 ਮਿੰਟ ਹੀ ਹੋਏ ਨੇ ਸੂਈ ਨੂੰ ਬੱਸੀ ਨੂੰ। ਠੀਕ ਹੈ, ਤੇ ਹਜੇ ਜੇਰ ਪੈਣਾ, ਬਾਕੀ ਵਾਲਾ ਲੜ ਚੱਲਿਆ ਪਿਆਗਾ। ਠੀਕ ਹੈ, 20 ਦਿਨ ਹੋ, ਸੋਰੀ 20 ਮਿੰਟ ਹੋ ਗਏ ਨੂੰ ਸੂਈ ਨੂੰ, ਹਨਾ? 20 ਮਿੰਟ ਹੋ ਸੂਈ ਨੂੰ ਬਾਈ ਨੂੰ। ਠੀਕ ਹੈ, ਮੰਨ ਕੇ ਚੱਲ ਵੀ ਆਪਾਂ 3-4 ਕਿਲੋ ਬੋਲੀ ਆਪਾਂ ਬੱਸੀ ਚੋ ਵੀ ਦਿੱਤੀ ਬੱਸੀ ਜੀ। ਠੀਕ ਹੈ, ਹਾਂ। ਤੇ ਵੀਰੇ ਆਪਾਂ ਅੰਦਾਜ਼ਾ ਇਹ ਲਾ ਸਕੀਏ ਲੇਵਾ ਵਗੈਰਾ ਬਹੁਤ ਜ਼ਿਆਦਾ ਪਿੱਛੇ ਨੂੰ ਆ, ਹਨਾ? ਕਿੰਨਾ ਕੁ ਦੁੱਧ ਮੰਨ ਕੇ ਲਵੇ ਬੰਦੇ ਨੂੰ ਬਾਈ? ਦੁੱਧ ਬਾਈ 25 ਕਿਲੋ ਬੱਸੀ ਨੇ ਨੋਰਮਲੀ ਦੁੱਧ ਦੇਣਾ ਹੈਗਾ। ਚਵਾਈ 3 ਕਹਿੰਦੇ 35 ਕਿਲੋ, ਬੱਚੀ 25 ਕਿਲੋ, ਆਰਾਮ ਨਾਲ ਦੁੱਧ ਦੂਗੀ। ਚਵਾਈ ਚੁਵਾਈ ਓਕੇ? ਚਵਾਈ ਵੀਰੇ ਓਕੇ ਹੈਗੀ, ਧਾਰਾਂ ਜੀ ਕਹਿੰਦੇ ਆਪਾਂ ਮਾਰਕੀਟ 'ਚ ਦਿਖਾਉਂਦੇ ਹਾਂ ਬੱਚੀ ਦੀਆਂ। ਠੀਕ ਹੈ, ਅਤੇ ਥੋੜ੍ਹਾ ਹੁਣ ਬੈਠਣ ਸੁਭਰ ਧਾਰਾ ਦੇਖ ਸਕਦੇ ਹੋ, ਬੱਚੀ ਦੀਆਂ ਸਾਫ਼ ਸੁਥਰੀਆਂ ਧਾਰਾਂ ਗੀਆਂ, ਅਤੇ ਬਾਕੀ ਥਾਣਾ 'ਚ ਬਿੱਥੀ ਦੇਖੀ ਆਪਾਂ, ਗੇਠ ਗੇਠ ਦੀ ਬਿੱਥੀ ਪਈ ਆ, ਅਤੇ ਹਵਾਨਾ ਵੀਰੇ ਪੂਰਾ ਬੈਕ ਸਾਈਡ 'ਤੇ ਜਮਾ ਇਹਦਾ, ਹਨਾ? ਜਮਾ ਬੈਕ ਸਾਈਡ 'ਤੇ ਬਾਈ। ਇਹ ਜਿਵੇਂ ਕਹਿੰਦਾ ਸੈਕਸਰ ਸੀਮਨ, ਉਹਦਾ ਆਪਾਂ ਨੂੰ ਫਿਰ ਆਉਂਦਾ ਨਜ਼ਾਰਾ ਇਹਦੇ ਵਿੱਚ ਬਾਈ, ਐਨ ਪਿਆਰੀ ਹੈ ਬੱਚੀ ਜਮਾ ਦੇਖੋ। ਠੀਕ ਹੈ, ਬਿਜਤ ਬਈ ਆ ਪੀਕ ਲੈਵਲ ਤੇ ਆਣਾ ਬੱਸੀ। ਠੀਕ ਹੈ, 25 ਕਿਲੋ ਤਾਂ ਨਾਰਮਲੀ ਨਹੀਂ, ਦੁੱਧ ਵੱਧ ਪਾਊ ਬੱਸੀ। ਠੀਕ ਹੈ, ਧੋਰੀ ਬਾਹਰ ਜਾਂਦੇ ਜਾਣਾ ਬੱਸੀ ਦੀ ਹਵਾਨਾਗਾ। ਸੋ ਪੂਰੀ ਬਰੀਡ ਕੁਆਲਿਟੀ ਦੇ ਵਿੱਚ ਆ, ਤੇ ਬਾਕੀ ਜਿਹੜਾ ਹਵਾਨਾ ਇਹਦੇ ਲੱਗਿਆ ਵਾ ਬਹੁਤ ਸਾਫ ਸੁਥਰਾ ਸੋਹਣਾ ਹਵਾਨਾ। ਇਹ ਜਿਹੜਾ ਆਪਾਂ ਕਹਿੰਦਾ 66 ਸੀਮਨ ਦੇ ਵਿੱਚ ਆਪਾਂ ਵੈਸੇ ਵੀ ਵੀਰਾਂ ਤੋਂ ਗੱਲ ਸੁਣੀ ਹੈਗੀ, ਤੇ ਵੀ ਹਵਾਨਾ ਝਕਾ ਪਿੱਛੇ ਨੂੰ ਰਹਿੰਦਾ। ਸੋ ਦੇਖੋ ਚੌੜੀ ਹੋ ਤੁਰਦੀ ਆ ਜਮਾ, ਫਿਟਿੰਗ ਵਾਲੀ ਲੇਵਰ ਹੈ ਜਦੋਂ ਵੀਰਾਂ ਦਾ ਜਾਣਵਾ। ਠੀਕ ਹੈ, ਤੇ ਬਾਕੀ ਥਣਾ 'ਚ ਪੂਰੀ ਵਿੱਥੀ ਆ, ਸਾਫ਼ ਸੁਥਰੀ ਆ, ਬਾਕੀ ਪਿੱਛੇ ਬੱਚਾ ਵੀ ਇਹਨੇ ਬੱਛੀ ਵੀ ਦਿੱਤੀ ਆ, ਫੀਮੇਲ ਕਾਫ ਨੂੰ ਜਨਮ ਦਿੱਤਾ। ਸੋ ਦੇਖੋ ਮੂੰਹ ਮੱਥਾ ਸਾਫ਼ ਸੁਥਰਾ, ਇੱਕ ਨਹੀਂ ਅਗਲਾ ਲੈ ਕੇ ਜਾਊਗਾ, 2 ਲੈ ਕੇ ਜਾਊਗਾ। ਠੀਕ ਹੈ, ਸੋ 24-25 ਲੀਟਰ ਦੁੱਧ ਨੇ ਆਰਾਮ ਨਾਲ ਦੇ ਦੇਣਾ, ਸੂਈ ਸਵਾਈ ਅਤੇ ਜੇਰ ਇਹਦੀ ਘੰਟੇ ਖੰਡ 'ਚ ਪੈ ਜਾਣੀ ਆ। ਅਤੇ ਫਿਰ ਦੂਜੇ ਨੰਬਰ ਜਿਹੜੀ ਭਾਈ ਬੱਛੀ ਦੇਖੀ ਜਾਂਦੇ ਆ, ਇਹ ਭਾਈ ਦੂਜਾ ਸੂਆ ਸੂਈ ਆ ਬੈਡ। ਠੀਕ ਹੈ, ਮਗਰ ਇਹਦੀ ਵੀ ਬੱਸੀ ਹੈਗੀ। ਠੀਕ ਹੈ, ABS ਦੇ 100 ਮੈਨ ਦੀ ਹੈਗੀ। ABS ਦੇ 100 ਮਹੀਨੇ ਦਾ ਇਹਨੇ ਬੱਚੇ ਨੂੰ ਜਨਮ ਦਿੱਤਾ, ਹਨਾ? ਫੀਮੇਲ ਕਾ ਬੱਚੀ, 66 ਸੀਮਨ ਦੀ ਬਾਈ। ਠੀਕ ਹੈ, ਇਹਦੀ ਜੇਰ ਵਗੈਰਾ ਡਨ ਹੋ ਗਈ? ਆਪਣੇ ਕੋਲ ਵੀਡੀਓ ਬਣੀ ਵੀ ਆ ਬਾਈ। ਠੀਕ ਹੈ, ਸਾਰੀ ਕੋਲ ਹੁਣ ਐ ਮੰਨ ਕੇ ਚੱਲ ਵੀ 23-24 ਕਿਲੋ ਬੋਲੀ ਤੇ ਸਟਾਰਟਿੰਗ ਹੀ ਆ ਬਸ। ਇਹ ਕੱਲ ਸਾਫ ਸੂਈ ਲੱਗਦੀ ਹੈ, ਇਹ ਕੱਲ ਰਾਤ ਦੀ ਸੂਈ ਵੀ ਵੀਰੇ। ਠੀਕ ਹੈ ਤਾਂ ਬਾਈ, ਜਾਲਾ ਸਾਫ ਆ ਜਾਵਣਾ, ਵੀ ਨੂੰ ਆਪਾਂ ਤਾਂ ਵੀ ਧੋਤੀ ਸਾਫ ਨਹੀਂ ਕਰੀਗੀ। ਠੀਕ ਹੈ, ਕਿਉਂਕਿ ਇਹ ਠੰਡ ਹੈ ਜੀ। ਠੀਕ ਹੈ, ਕਈ ਵਾਰ ਕੁਝ ਮਾੜਾ ਮੋਟਾ ਸਟ੍ਰੈਸ ਦੇ ਵਿੱਚ ਆ ਜਾਂਦਾ। ਠੀਕ ਹੈ, ਕਿੰਨਾ ਦੁੱਧ ਮੰਨ ਕੇ ਲਵੇ ਬੰਦੇ ਨੂੰ? ਦੁੱਧ ਬਾਈ ਨੋਰਮਲੀ 35 ਕਿਲੋ ਦੁੱਧ ਮੰਨ ਕੇ ਲਵੇ ਬਸ। ਠੀਕ ਹੈ, 35 ਕਿਲੋ ਦੁੱਧ, 35 ਕਿਲੋ ਖੁੱਲਾ ਦੂ ਬੈੜਾ। ਠੀਕ ਹੈ ਜੀ, ਹੁਣ ਬੱਸੀ ਵੱਡੀ ਆ ਜਿਵੇਂ ਬਰੀਡ ਆ ਗਈ, ਠੀਕ ਹੈ ਨਾ ਗੱਲ, ਬਾਲ ਕਹਿੰਦੇ ਵੀ ਬੱਚੀ 33 ਕਿਲੋ ਪਰੂਣਾ ਦੁੱਧ ਜੋ ਹੈਗਾ। ਠੀਕ ਹੈ, ਆਪਾਂ 35 ਕਿਲੋ ਮੰਨ ਕੇ ਆਪਾਂ ਬਾਈ ਬੰਦਾ ਖਰੀਦ ਸਕਦੇ ਹਾਂ। ਸੋ 35 ਕਿਲੋ ਮੰਨ ਕੇ ਇਹਨੂੰ ਪਰਚੇਸ ਕਰ ਸਕਦੇ ਹੋ। ਦੂਸਰਾ ਸੂਆ ਸੂਈ ਆ, ਜੇਰ ਵਗੈਰਾ ਕੰਮ ਟੋਟਲੀ ਡਨ ਆ, ਪਿੱਛੇ ਬੱਚੀ ਫੀਮੇਲ ਕਾਫ ਚੰਗੇ ਸੀਮਨ ਦੀ ਆ, ਅਤੇ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ, ਸਾਈਜ਼ ਵਗੈਰਾ ਪੂਰਾ ਫੁੱਲ ਆ, ਅਤੇ ਹਵਾਨਾ ਦੇਖੋ ਅੱਗੇ ਪਿੱਛੇ ਦਾ ਸੋਹਣਾ ਹਵਾਨਾ ਹੈਗਾ, ਅਤੇ ਬਾਕੀ ਰਾਜੀ ਖੈਰ ਪਲੀ ਪੁਲੀ ਬਹੁਤ ਆ, ਰਾਜੀ ਆ ਚੰਗੀ ਜਿੰਦੇ ਜਾਣ ਦੇ ਵਿੱਚ ਆ, ਅਤੇ 20 ਤੋਂ ਪਾਰ ਇਸ ਵਾਰ ਬੜਾ ਹਾਜ਼ਰ ਆ ਵੀਰੇ ਥੱਲੇ ਦੇ, ਹਨਾ? ਹਾਂ ਬਾਈ, ਬਾਈ ਠੀਕ ਆ, 22-23 ਕਿਲੋ ਬੜਾ ਸਟਾਰਟਿੰਗ ਹੈਗੀ ਆ ਥੱਲੇ ਦੇ। ਸੋ ਬਾਕੀ ਹਵਾਨੇ ਦੇ ਰਿੰਕਲਸ ਵਗੈਰਾ ਦੇਖੋ, ਸਾਫ਼ ਸੁਥਰਾ ਸੋਹਣਾ। ਠੀਕ ਆ, ਬਾਕੀ ਠੰਡ ਦਾ ਮੌਸਮ ਹੈ, ਨਵਾਇਆ ਲੂਟ ਵੀ ਨਹੀਂ ਆਉਂਦਾ। ਸੋ ਦੇਖੋ ਹਵਾਨਾ ਇਹਦਾ ਬਹੁਤ ਸੋਹਣਾ, ਚੌੜੀ ਹੋ ਤੁਰਦੀ ਆ ਜਮਾਂ। ਤੇ ਵੀਰੇ ਤੀਜੇ ਨੰਬਰ ਜਿਹੜੀ ਬੱਚੀ ਦੇਖੀ ਜਾਂਦੇ ਆ ਭਾਈ, ਕਿਹੜਾ ਸੂਆ ਸੁਣਦੀ ਆ ਬਾਈ? ਇਹ ਦੂਜਾ ਸੂਆ ਸੁਣਦੀ ਆ, ਇਹ ਵੀ ਦੂਜਾ ਸੂਆ,
ਇਹ ਆਪਾਂ ਤਿੰਨੇ ਵਾੜਾਂ ਫਾਰਮ ਇੱਕ ਚ ਪਰਚੇਜ ਕੀਤੀਆਂ ਨੇਗੀਆਂ। ਠੀਕ ਹੈ, ਇੱਕ ਦੋ ਤੇ ਤਿੰਨੇ, ਤਿੰਨੇ ਇੱਕ ਫਾਰਮ ਚ ਲਈਆਂ ਨੇ ਆਪਾਂ। ਠੀਕ ਹੈ, ਸਾਰਾ ਬਾਇਓਡਾਟਾ ਹੈਗਾ ਇਹਨਾਂ ਦਾ ਆਪਣੇ ਕੋਲ, ਸਾਰਾ ਰਿਕਾਰਡ ਆ ਵੀ ਇਹਨਾਂ ਦਾ। ਠੀਕ ਹੈ, ਫਾਰਮਲ ਟੈਗ ਟੂ ਪਏ ਹੋਏ ਸਾਰਾ ਕੁਝ, ਸਾਰੇ ਏ ਟੂ ਜ਼ੈਡ ਆਪਣੇ ਕੋਲ ਰਿਕਾਰਡ ਲੈ ਬਕਾਇਦਾ ਆਪਾਂ ਨੂੰ। ਠੀਕ ਹੈ, ਵੀ ਆਪ ਕਿਹੜੀ ਦੀ ਹੈ ਕਿ ਕਿਹੜਾ ਲੱਗਿਆ ਹੋਇਆ ਇਹਦਾ। ਠੀਕ ਹੈ, ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ? ਬਾਈ ਦੁੱਧ ਤਾਂ ਮੰਨ ਕੇ ਚੱਲ ਵੀ ਇਹਨੇ 43-44 ਕਿਲੋ ਪਲੂਣਾ ਦੁੱਧ ਪਾਇਆ ਇਹਦਾ। ਠੀਕ ਹੈ, ਮਨ ਤੋਂ ਬਾਹਰ ਚੱਲੀ ਵੀ ਆ, ਮਨ ਤੋਂ ਬਾਹਰ ਚੱਲੀ ਵੀ ਹੈਗੀ ਤੇ ਐਕਸ ਦੁੱਧ ਇਹਨੇ 50 ਕਿਲੋ ਵੈੜ ਨੇ ਦੁੱਧ ਦੇਣਾ ਹੈਗਾ। ਠੀਕ ਹੈ, ਤੇ ਦਿਨ ਹਜੇ ਵੀਰੇ 15 ਪੈਣਗੇ। ਠੀਕ ਹੈ ਨਾ ਗੱਲ? ਠੀਕ ਹੈ, ਜਿੰਨੇ ਆਪਦੀ ਤਿਆਰੀ ਤੇ ਹੋਊਗੀ ਉਦਨੇ ਗੱਲ ਵੱਖਰੀ ਹੋਣੀ ਹੈਗੀ, ਜੋ ਤਾਂ ਪਹਿਲਾਂ ਵੀ ਸੇਲ ਹੋ ਗਈ ਤਾਂ ਕਹਿਣਾ ਗਿਆ, ਨਹੀਂ ਆਪਾਂ 50 ਕਿਲੋ ਦੁੱਧ ਮਿਲ ਕੇ ਵੀ ਦੇ ਦਾਂਗੇ। ਜਿਵੇਂ 15 ਦਿਨ ਬਾਕੀ ਪਏ ਆ ਤੇ ਹਵਾਨਾ ਪੂਰਾ ਸਟੈਚਰ ਆਡਰਾ ਮੇਰੇ ਕੋਲ ਹੁਣ ਆ ਗਿਆ। ਆ ਚੀਜ਼ਾਂ ਦੱਸ ਦੇ ਨਾ, ਇਹ ਵੜਾ ਸਟਾਰਟਿੰਗ ਹੋ ਰਹੀ ਆ। ਠੀਕ ਹੈ, ਆ ਚੀਜ਼ਾਂ ਦੱਸ ਦੇਣਗੀਆਂ। ਸੋ ਨਾੜਾ ਵਗੈਰਾ ਦੇਖੋ, ਬਰੀਕੀਆਂ ਬਹੁਤ ਚੰਗੀਆਂ, ਆ ਚੀਜ਼ਾਂ ਦੱਸਣਗੀਆਂ ਤੇ 15 ਦਿਨਾਂ ਨੂੰ ਸੀਬੀਓ ਸੱਪ ਬਣ ਜੂ, ਖਾ ਕੇ ਮਾਲ ਪਰਾਇਆ ਜਾਵਾਂ, ਇਹ ਬਹੁਤ ਚੌੜੀ ਹੋ ਤਰੂ ਜਾਵਾਂ ਤੇ ਹਲੇ 15 ਦਿਨ ਬਾਕੀ ਪਏ ਆ। 15 ਦਿਨ ਬਾਕੀ ਪੈਣੇ ਤੇ ਲਗਭਗ ਮੰਨ ਕੇ ਚੱਲੀਏ ਇਸ ਵਕਤ ਹਵਾਨਾ 60-65% ਹਵਾਨਾ ਇਹਦਾ ਸਾਰਾ। ਬਈ ਐ ਮੰਨ ਕੇ ਚੱਲ, ਹਾਈ ਦਾ ਆ ਮੰਨ ਕੇ ਜਿੱਦਾਂ ਸਾਡਾ ਏਰੀਆ ਹੈਗਾ 45% ਪੂਰੀ ਜਿੰਦ ਜਾਂ ਫੁੱਲ ਬਰੀਡ ਆ ਜਾਵਾਂ। ਫੁੱਲ ਬਰੀਡ ਦੇ ਵਿੱਚ ਆ ਬਈ, ਅੱਗੇ ਬੱਚੇ ਵੀ ਜਿਵੇਂ ਹੁਣ ਦੋ ਬੱਚੇ ਸੂਈਆਂ 67 ਸੀਮਨ ਲੱਗਦੇ ਆ, ਉਹਦਾ ਰਿਜ਼ਲਟ ਦੇਖਣ ਨੂੰ ਮਿਲਦਾ ਜਾਵਾਂ। ਰਿਜ਼ਲਟ ਬਈ ਆਉਂਦਾ ਹੈਗਾ, ਉਹ ਤਾਂ ਨਾਰਮਲ ਸੀਮਨ ਜਿਹੜੀ ਆ ਪਹਿਲੀ ਤਾਂ ਇੱਕ ਨੰਬਰ ਵਾਲੀ। ਠੀਕ ਹੈ, ਤੇ ਦੂਜਾ 67 ਸੀਮਨ ਲੱਗਿਆ ਹੋਇਆ ਉਹ ਦੱਸਦੀ ਐਵੇਂ ਹੈਗੀ ਆ 67 ਸੀਮਨ। ਠੀਕ ਹੈ, ਸੋ ਜੇ ਹੁਣ 67 ਸੀਮਨ ਹੀ ਫਾਰਮ ਵਾਲੇ ਵੀਰ ਯੂਜ਼ ਕਰਦੇ ਆ ਹਨਾ? ਹਾਂ, ਤੇ ਹੁਣ ਤਾਂ ਬਈ ਆਮ ਵੀ ਘਰ ਲੱਗ ਗਏ ਹੁਣ ਯੂਜ਼ ਕਰਨ। ਠੀਕ ਹੈ, ਜਿਹੜਾ 5-10 ਜਾਂ 10 ਗਾਈਆਂ ਰੱਖਦਾ ਹੈਗਾ। ਠੀਕ ਹੈ, 8-10 ਗਾਈਆਂ ਉਹ ਵੀ ਹੁਣ 67 ਦੀ ਹੀ ਲੱਗ ਗਿਆ ਕੰਮ, ਬਾਕੀ ਮੇਲਿਆਂ ਨਾਲ ਹਰੇਕ ਬੰਦੇ ਰੁਝਾਨ ਵੱਧਦਾ ਹੁਣ। ਹਾਂ ਬਈ, ਸੋ ਵੀਰੋ ਮੇਲੇ ਵਗੈਰਾ ਹੁੰਦੇ ਰਹਿੰਦੇ ਆ, ਜ਼ਿਆਦਾਤਰ ਹੁਣ ਲੋਕ ਬਰੀਡ ਸੁਧਾਰ ਬੰਨੀ ਜ਼ਿਆਦਾ ਹੋਏ ਬੰਨੇ। ਠੀਕ ਹੈ, ਸੋ ਜਿਹੜੇ ਬੰਦਾ ਪਸ਼ੂ ਰੱਖਦਾ ਬਰੀਡ ਨਾਲ ਹੀ ਰੱਖਦਾ, ਦੂਜੇ ਮੰਨ ਕੇ ਚਲੋ ਨਾ ਮਾਤਰ ਛੱਡੋ ਰੱਖ ਹੀ ਛੱਡ ਕੇ ਕੰਮ ਬਈ। ਹਾਂ, ਤੇ ਚੌਥਾ ਨੰਬਰ ਦੇਖੀ ਨਾ ਜਿਹੜੀ ਆਪਾਂ, ਇਹ ਬਈ ਦੂਜਾ ਸੂਆ ਬੱਸੀ ਸੁਣਦੀ ਹੈਗੀ। ਠੀਕ ਹੈ ਜੀ, ਇਹ ਵੀ ਇਸੇ ਫਾਰਮ ਚ ਲਈ ਹੈ ਜੀ। ਠੀਕ ਹੈ, 35-37 ਕਿਲੋ ਬੱਸੀ ਦੁੱਧ ਪਾਇਆ ਲੈ ਆਰਾਮ ਨਾਲ। 35-37 ਕਿਲੋ? ਹਾਂ, ਇਹ ਮਾੜੀ ਪਲ ਪਾਉਣੀ ਸ਼ੁਰੂ ਕਰ ਗਈ ਬੱਸੀ। ਠੀਕ ਹੈ, ਹਾਂ ਹਾਈ, ਇਹਦੇ ਵੀ ਦਿਨਾਂ ਮੰਨ ਕੇ 13-14 ਦਿਨ ਪੈਂਡਿੰਗ ਪੈਣੇ ਜਦੋਂ ਬੱਸੀ ਨੇ ਬਣਿਆ ਨਾ, ਉਦੋਂ ਗੱਲ ਵੱਖਰੀ ਹੋਈ। 14 ਦਿਨ ਸੂਚ ਇਹਦੇ ਪੈਂਡਿੰਗ ਪਿਆ ਹਨਾ, 15 ਦਿਨ ਪੈਂਡਿੰਗ ਪੈਣੀ ਦੀ। ਕਿੰਨਾ ਦੁੱਧ ਮੰਨ ਕੇ ਚੱਲੇ ਵੀਰ ਐਤਕੀ? ਉਦੋਂ ਬਈ 40 ਤੋਂ ਬਾਹਰ ਦੁੱਧ ਦੇਣਾ ਬੱਸੀ ਨੇ ਖੁੱਲਾ ਆਰਾਮ ਨਾਲ, 40 ਕਿਲੋ ਦੁੱਧ ਪਾ ਦੂਗੀ। 40 ਤੋਂ ਬਾਹਰ ਹੀ ਦਿਨ ਕੁਝ ਲੈਂਦੀ ਹੈ ਹਨਾ, ਦਿਨ ਇਹਦੇ ਪਏ ਆ, ਸਾਈਜ਼ ਵਗੈਰਾ ਪੂਰਾ ਫੁੱਲ ਆ, ਤੇ ਬਾਕੀ ਥੱਲੇ ਮਿਲਕ ਵੇਨ ਦੇਖੋ, ਬਿਲਕੁਲ ਰੱਸਾ ਪੈ ਵਰਗੀ ਮੋਟੀ ਜਾਂਦੀ ਪਈ ਆ, ਸੂਸ ਕੁਆਲਟੀਆਂ। ਤੇ ਟੈਗ ਟੂ ਦੇਖੋ, ਸਾਰਾ ਬਾਇਓਡਾਟਾ ਹੈਗਾ ਇਹਨਾਂ ਦਾ ਜਮਾ, ਇਹਨਾਂ ਬਈ ਹੈਗਾ ਰਿਕਾਰਡ ਸਾਰੇ ਆਪਣੇ ਕੋਲ। ਸਵਾਹ ਦੇਖੋ, ਇੱਕ ਸੁਣ ਮਿਲਕ ਵੇਨ ਦਿਖਾਈ ਦਿੰਦੀ ਹੁਣੇ ਜਮਾ, ਬਹੁਤ ਮੋਟੀ ਜਾਂਦੀ ਪਈ ਆ, ਸਵਾਹ ਚੀਜ਼ ਦੇਖੋ ਜਮਾ ਬਈ, ਜਿੰਨੇ ਦੁੱਧ ਦਿੱਤਾ ਉਹ ਉਸੇ ਦੀ ਉੱਠੂਗੀ। ਸੋ ਇਹ ਨਹੀਂ ਗੱਲ ਜੀ, ਆਪਾਂ ਕਈ ਵਾਰ ਵੀਰ ਕਹਿੰਦੇ ਵੀ 33-34 ਕਿਲੋ ਕਹਿ ਦੇਣਾ ਵੀ ਟੱਬ ਪਾਣੀ ਚੋਰੀ ਭਰਨਾ ਜਮਾ, ਵੀ ਇਹ ਬਰੀਡ ਕਰੈਕਟਰ ਆ ਦੁੱਧ ਦਿੰਦੀਆਂ ਹਨਾ। ਇੱਕ ਮਿੰਟ, ਖੜੀਆਂ ਬੱਸੀਆਂ ਦੱਸਦੀਆਂ ਨੇ ਵੀ ਹਾਈਟ ਕਿੱਡੀ ਆ ਬੱਸੀ ਦੀ, ਬਰੀਡ ਕਿੰਨੀ ਆ ਬੱਸੀ, ਲੰਮੀ ਦੇ ਲੱਗੇ 10 ਫੁੱਟ ਤੋਂ ਉੱਤੇ ਲੰਮੀ ਹੈ। ਸੋ ਦੇਖੋ, ਸਾਈਜ਼ ਵੀ ਪੂਰਾ ਫੁੱਲ ਆ, ਤੇ ਬਾਕੀ ਜਿਹੜੇ ਥੱਲੇ ਨਾੜ ਆ ਜਾਵਾਂ ਜਿਹੜੇ ਬਈ ਖੜਮੀ ਬੱਸੀਆਂ ਦੀਆਂ, ਸਟਰੇਟ ਨਸ ਜੀ ਕਿੰਨੀ ਹੈ, ਤੇ ਹਵਾਨਾ ਵੀ ਜਮਾ ਅੱਗੇ ਪਿੱਛੇ ਦਾ ਹਨਾ। ਸੋ ਬਿਲਕੁਲ ਕੰਪੈਕਟ ਆਰਡਰ ਦੀ ਇਹ ਸੀਗੀ ਆਪਣੀ ਚੌਥੇ ਨੰਬਰ ਤੇ, ਗੱਬਣ ਸੂਣ ਨੂੰ ਰੈਡੀ ਆ, ਦੁੱਧ ਚੰਗਾ ਪਿਆ ਜੂਗੀ, 20 ਕਿਲੋ ਪਰ ਟਾਈਮ ਦਾ ਦੁੱਧ ਦੇਣਾ ਇਹਨੇ। ਸੋ ਬਹੁਤ ਚੰਗੀ ਸਾਫ਼ ਸੁਥਰੀ ਅੱਖਰ, ਬਹੁਤ ਚੰਗੇ ਆ ਬੱਚੀ ਦੇ, ਫੁੱਲ ਸਾਈਜ਼ ਦੇ ਵਿੱਚ। ਸੋ ਇਹ ਦੇਖੋ, ਕੋਈ ਲੇਦਾ ਪਾਣ ਨਹੀਂ, ਕੋਈ ਢੂਰੀ ਜਾਗਦੀ, ਬਿਲਕੁਲ ਰੇਲ ਦੀ ਲੀ ਵਾਂਗੂ। ਚੱਲ ਬਾਈ, ਮੇਰੇ ਮੋਢੇ ਮੋਢੇ ਨੂੰ ਟੱਚ ਕਰ ਦੇ। ਸੋ ਫੁੱਲ ਸਾਈਜ਼ ਦੇ ਵਿੱਚ ਹਨਾ। ਅੱਗੇ ਹੈਗਾ ਪੰਜਵਾਂ ਨੰਬਰ ਜੀ, ਇਹ ਕਿਹੜਾ ਸੂਆ ਜੀ? ਇਹ ਵੀ ਬਾਈ, ਇਹ ਵੀ ਦੂਜਾ ਸੂਆ ਸੁਣਦੀ ਹੈ ਬੈਡ। ਠੀਕ ਹੈ, ਤੇ ਇਹ ਵੀ ਇਸੇ ਫਾਰਮ ਚ ਲਈ ਹੈ ਜੀ ਬੈਡ। ਦੂਜਾ ਸੂਆ ਸੇਮ ਇਸੇ ਫਾਰਮ ਚ ਆਈ ਬੈਡ, ਇਹਦਾ 37 ਕਿਲੋ ਦਾ ਪਲੂਣਾ ਦਾ ਦਿੱਤਾ ਹੈ ਇਹਦਾ। 37 ਕਿਲੋ? ਹਾਂਜੀ, ਤੇ ਇਹ ਕੈਦ ਨਾ ਕੱਢਦੀ ਆ ਵੀਰ? ਇਹਦੇ ਵੀ 15 ਦਿਨ ਪੈਂਡਿੰਗ ਪੈਣਗੇ, ਉਹਦੇ ਤੇ ਇਹਦਾ ਸੇਮ ਰੇਟ ਆ ਕਿ ਬੜਾ ਜੀ। ਠੀਕ ਹੈ, ਇੱਕ ਦਿਨ ਪਹਿਲਾਂ ਹੋਈ ਹੈ ਬਸ। ਠੀਕ ਹੈ, 15 ਦਿਨ ਪੈਂਡਿੰਗ ਪਿਆ ਹਨਾ, ਪੈਂਡਿੰਗ ਪੈਣਗੇ।
ਕਿੰਨਾ ਦੁੱਧ ਅੰਦਾਜ਼ਾ ਲੱਗ ਚੱਲੇ ਵੀਰੇ? ਚਾਲੀ ਤੋਂ ਬਾਹਰ ਚਲੂਗੀ। ਸੋ ਰਾਜ ਰੂਜ ਪਲੀ ਬਹੁਤ ਹੈ ਵੀ, ਹਨਾ ਪਲੀ ਬਹੁਤ ਦੁੱਧ ਦੇ 45 ਕਿਲੋ, ਠੀਕ ਹੈ ਨਾ ਗੱਲ, ਉਹ ਗੱਲ ਵੱਖਰੀ ਹੈ ਕਿ ਠੀਕ ਹੈ। ਬਾਕੀ ਜਿਹੜੇ ਭਈ ਆ ਚੀਜ਼ਾਂ ਨੇ ਨਾ ਬਾਲਟੀ ਲਾ ਕਾਫੀ ਪਈਆਂ, ਇਹ ਫਸ ਕੇ ਸੁਣਾ ਜਾਵਾਂ ਇਹਨੇ, ਹਨਾ ਬਾਕੀ ਭਈ ਇਹਨਾਂ ਦੇ ਅੰਚਲ ਦੇ ਲਾ, ਦੂਜੇ ਨੇ ਇਹ ਵੀ ਕ੍ਰੋਸ ਪਣ ਵਾਲੇ ਵੱਡੇ ਸਨ ਨੇਗੇ, ਠੀਕ ਹੈ, ਇਹ ਚੀਜ਼ਾਂ ਦੱਸਦੇ ਹੁੰਦੇ ਨੇ ਆ ਕੇ ਇਹਦੇ ਮਿਲਕ ਵੇਚਦੇ ਕਿ ਭਈ ਪਤਾ ਇਹ ਠੀਕ ਹੈ ਵੀ ਬਾਲ ਜਣ ਥੋੜੇ ਆ ਚੀਜ਼ਾਂ ਦੇ ਸਵਾਦ ਦੇਖੋ, ਮਿਲਕ ਵੇਚ ਦੇਖੋ ਜਮਾ ਇਹਨਾਂ ਚੀਜ਼ਾਂ ਨੇ ਦੁੱਧ ਪਾਇਆ ਹੁੰਦਾ ਧੋਰੀ ਭਰਾ ਬਾਹਰ ਨੂੰ। ਸੋ ਪੰਜਵੇਂ ਨੰਬਰ ਵਾਲੀ ਵੱਛੀ ਦੇਖ ਕੇ ਇਹਨਾਂ ਦੂਸਰਾ ਸੁਧ ਸੁਣਦੀ ਪਈ ਆ, ਇਹ ਵੀ ਮਨ ਤੋਂ ਦੁੱਧ ਬਾਹਰ ਵਾਲੀ ਆ, ਦਿਨ 15 ਲੈਂਦੀ ਪਈ ਆ, ਸਾਈਜ਼ ਵਗੈਰਾ ਪੂਰਾ ਫੁੱਲ ਆ। ਸੋ ਦੇਖੋ ਜਮਾ 60 ਘੰਟੇ ਟਰੂ ਮੁੜਦੀ, ਠੀਕ ਹੈ। ਸੋ ਆਹ ਦੇਖੋ ਮਿਲਕ ਵੇਨ ਦੇ ਜਮਾ ਬਿਲਕੁਲ ਸਪਰਿੰਗਾ ਹੀ ਲੱਗੇ ਪਏ ਥੱਲੇ, ਚੰਗਾ ਦੁੱਧ ਪਾਊਗੀ, ਸਹਿਜ ਵਗੈਰਾ ਪੂਰੀ ਫੁੱਲ ਆ। ਸੋ ਜਿੰਨੇ ਸੁਣੋ ਜੇ ਨਗੀਨੇ ਦਿਖਾਉਂਦੇ ਪਏ ਆ ਜਮਾ ਸਾਫ਼ ਸੁਥਰੇ, ਜਦੋਂ ਵੀਰਾਂ ਕੋਲ ਪਹੁੰਚਦੇ ਆ ਅਤੇ ਲੱਭ ਕੇ ਤਾਂ 5-7 ਦਿਨ ਲਾ ਦਿੰਦੇ ਆ, ਪਰ ਲਿਆਉਂਦੇ ਸਾਫ਼ ਸੁਥਰੇ ਨਗੀਨੇ ਦੇਖ ਕੇ ਆਪਾਂ ਸਾਫ਼, ਠੀਕ ਹੈ ਨਾ ਮਾੜੀ ਬੇਕੇ ਥਾਲੀ ਆਪਾਂ ਨਹੀਂ ਮਾੜਾ ਵੀਰ ਬੈਗ ਦੇ ਅੱਜ ਦੇ ਮਾੜੇ ਦੀ ਕਾਹ ਕਿਉਂ ਨਹੀਂ ਰਹੀ ਨਾ ਆਪਾਂ ਮਾੜੀ ਲਈਏ, 4 ਦਿਨ ਲੇਟ ਕਰ ਲਾਂਗੇ ਕੰਮ ਆਪਾਂ, ਠੀਕ ਹੈ, ਪਰ ਲੈਣੀ ਜਦੋਂ ਵੀ ਚੱਜ ਦੀ ਚੀਜ਼ ਲੈ ਕੇ ਆਵਾਂਗੇ, ਕਿਉਂਕਿ ਬਾਈ ਅਗਲੇ ਦੀ ਭਾਈ ਪੈਸੇ ਲਾਉਣੇ ਹੁੰਦੇ ਨੇ, ਨਹੀਂ ਜਾਇਜ਼ ਗੱਲ ਨਹੀਂ ਬਾਈ, ਕਿਸ ਹਿਸਾਬ ਨਾਲ ਇਕੱਠੇ ਕਰੇ ਹੁੰਦੇ, ਠੀਕ ਹੈ। ਸੋ ਇੱਕ ਬੰਦਾ ਮੰਨ ਕੇ ਚਲੋ ਕਹਿੰਦਾ ਠਿਕਰੀ ਨਹੀਂ ਇਕੱਠੀ ਹੁੰਦੀ ਤੇ ਪੇਮੈਂਟ ਲਾਉਂਦਾ ਬੰਦਾ, ਪਰ ਲਾਓ ਚੰਗੀ ਜੀ ਸਾਫ਼ ਸੁਥਰਾ ਵੀਰ ਵਪਾਰ ਕਰਦੇ ਆ, ਬਾਈ ਯਾਰ ਉੱਤੇ ਨਿੰਮ ਦੇ ਪੱਤੇ ਇਕੱਠੇ ਨਹੀਂ ਹੁੰਦੇ, ਪਾਏ ਇਕੱਠੇ ਕਰਨੇ ਬਹੁਤ ਔਖੇ, ਨਹੀਂ ਜਾਇਜ਼ ਗੱਲ ਆ ਜਮਾ। ਸੋ ਬਰ ਮਿਲਕ ਵੇਨ ਦੇਖੋ ਦੋਨੇ ਪਾਸੇ ਦਿਖਾਈ ਦਿੰਦੀ ਪਈ ਆ, ਪੂਰੀ ਚੰਗੀ ਬਰੀਡ ਕੁਆਲਿਟੀ ਤੇ ਬਾਕੀ ਘਰ ਦਾ ਸੰਗਾਰ ਆ, ਜੱਜੂਗੀ ਘਰੇ 4 ਬੇੜਾ ਦੁੱਧ ਤੇ ਲਾ ਲੀਆਂ ਘਰ ਦਾ ਹੀ, ਬਾਕੀ ਬਈ ਆਏ ਆ ਬਾਕੀ ਅੱਗੇ ਆਏ ਨੇਗੇ ਬੱਚੇ ਬਈ ਕਰਾਉਜ ਦੇਣੀ ਆ, ਠੀਕ ਹੈ, ਜਿਹਨਾਂ ਬਰੀਡ ਹੀ ਤਿਆਰ ਕਰਨੀ ਹੈਗੀ, ਠੀਕ ਹੈ, ਜਿਹੜਾ ਬਈ ਨਵੇਂ ਵੀਰ ਆਪਣੇ ਹੁਣ ਫਾਰਮ ਵਾਲੇ ਨਵੇਂ ਤਿਆਰ ਹੋ ਰਹੇ ਨੇਗੇ ਵੀ ਪਾ ਰਹੇ ਨੇ ਗਾਵਾਂ, ਠੀਕ ਹੈ, ਉਹਨਾਂ ਲਈ ਬੈਸਟ ਆਪਸ਼ਨ ਆ ਜੀ, ਠੀਕ ਹੈ। ਅੱਗੇ ਵੀ ਰਿਹਾ ਗਿਆ 6ਵਾਂ ਨੰਬਰ, ਇਹ ਵੀ ਬਈ ਦੂਜਾ ਸੂਆ ਹੁੰਦੀ ਹੈਗੀ, ਦੂਜਾ ਸੂਆ, ਹਾਂ ਜੀ, ਤੇ ਕਿਆ ਇੱਕ ਦਿਨ ਕੱਢਦੀ ਆ, ਇਹਦੇ ਦਿਨ ਵੀ ਮੰਨ ਕੇ ਜਿਆ 15-16 ਦਿਨ ਹੀ ਪਏ ਨੇ ਜੀ, 15 ਦਿਨ ਪੈਂਡਿੰਗ ਪਿਆ, ਹਾਂ, ਤੇ ਇਹਦਾ ਕੀ ਬਾਇਓਡਾਟਾ ਦੱਸਿਆ ਆਪਾਂ ਨੂੰ, ਇਹਦਾ ਬਈ 32-33 ਕਿਲੋ ਦੁੱਧ ਪਲੂੰਗ ਦਾ ਪਾਇਆ ਹੋਇਆ, ਇਹਦਾ ਅੰਦਾਜ਼ਾ ਹੈ ਕਿੰਨੇ ਕ ਜਾਊ, ਹਾਂ ਮੰਨ ਕੇ 40 ਦੇ ਆਸੇ ਪਾਸੇ ਵੀ ਜਾ ਸਕਦੀ ਹੈ, 40 ਕਿਲੋ ਇੱਧਰ ਕੀ ਕਿਲੋ ਉੱਧਰ ਕੀ, ਉੱਧਰ ਕੀ, ਧੋਰੀ ਭਰਾ ਬਾਹਰ ਨੂੰ, ਕਿਉਂਕਿ ਬਈ ਉਹਦੇ ਬਰਾਬਰੀ ਹਾਈਟ ਤੇ ਖੜੀ ਹੈਗੀ, ਠੀਕ ਹੈ, ਪਰ ਉਹਨਾਂ ਦਾ ਤਾਂ ਦਿੱਤਾ ਵੀ ਉਹ ਆਪਣਾ ਫਾਰਮ ਜੀ ਬੰਦਾ ਨਾਮ ਵੀ ਲੈ ਦਾਂਗੇ ਜੇ ਕਿੰਨੇ ਕਈ ਵਾਰ ਆਇਆ ਪਤਾ ਨਹੀਂ ਕਿਹੜੇ ਫਾਰਮ ਤੋਂ ਲਈ ਆ, ਠੀਕ ਹੈ, ਬੰਦਾ ਨਾਮ ਵੀ ਦੱਸ ਦਾਂਗੇ, ਠੀਕ ਹੈ, ਉਹਨਾਂ ਨਾਲ ਹੀ ਬਥੇਰਾ ਉਹਨਾਂ ਬੰਦੇ ਦਾ, ਠੀਕ ਹੈ, ਧੋਰੀ ਇਹਨੂੰ। ਸੋ ਬਰ 6ਵੇਂ ਨੰਬਰ ਵਾਲੀ ਬੱਚੀ ਦੇਖੀ ਜਾਂਦੇ ਆ, ਇਹ ਵੀ ਦੂਸਰਾ ਸੂਆ ਸੁਣਦੀ ਪਈ ਆ, 30-32-33 ਪਰੂਣ ਚੱਲੀ ਪਈ ਆ, ਤੇ ਆ ਥੱਲੇ ਮਿਲਕ ਵੇਨ ਦੇਖੋ ਜਿਵੇਂ 2 ਦੀ ਮੋਟਰ ਪਾ ਕੇ ਥੱਲੇ ਸਿੱਟੀ ਹੁੰਦੀ ਆ ਮੋਸੀ ਮੋਟਰ, 30 ਤਾਂ ਬਾਹਰ ਚੱਲੀ ਆਉਂਦੀਆਂ ਨੇ ਨਾ, ਉਹਨਾਂ ਹੀ ਦਿਖਾਈ ਦਿੰਦੀ ਆ, ਨਹੀਂ ਜਾਇਜ਼ ਗੱਲ ਜਮਾ। ਸੋ ਦੇਖੋ ਹਾਲੇ ਬਾਲ ਬੂਲ ਆ, ਜੇ ਅਸੀਂ ਬਾਲਾਂ ਦੀ ਕਟਿੰਗ ਕੁਟਿੰਗ ਕਰਨੀ ਹੋਵੇ ਚੌਂਕਣਗੇ ਨਾੜਾ ਜਮਾ, ਹਨਾ ਫਾਰਮ ਵਾਲੇ ਤਾਂ ਤੁਹਾਨੂੰ ਪਤਾ ਹੁਣ ਉਹਨਾਂ ਦਾ ਕਿ ਨਮਾਈਆਂ ਨਹੀਂ ਹੁੰਦੀਆਂ, ਇਹ ਤਾਂ ਇੱਥੇ ਆ ਕੇ ਵਿਚਾਰੀਆਂ ਦੇ ਨਾਲ ਬੋਹਰ ਹੋਣੇ ਆਪਾਂ, ਠੀਕ ਹੈ, ਉੱਥੇ ਆਪਾਂ ਮੰਨ ਕੇ ਚੱਲ ਵੀ ਕੱਲੀ ਬੋਹੇ ਦਿੰਦਾ ਉਹਨਾਂ ਕੋਲੇ ਬਈ ਮਾਲ ਬਾਲਾ ਹੁੰਦਾ, ਉਹਨਾਂ ਇਹ ਆਰ ਉੱਤੇ ਜਾ ਕੇ ਪੱਠੀ ਵੀ ਤੇਰੀ ਵੱਢੇ ਜਾਂਦੇ ਨੇ, ਦਿਨ ਛੋਟੇ ਹੋ ਜਾਂਦੇ ਆ, ਛੋਟੇ ਹੋ ਜਾਂਦੇ ਆ ਕਿ ਕੰਮ ਜ਼ਿਆਦਾ ਹੋ ਜਾਂਦਾ, ਠੀਕ ਹੈ 6ਵੇਂ ਨੰਬਰ ਵਾਲੇ। ਸੋ ਦੇਖੋ ਫੇਸ ਕੁਆਲਿਟੀ ਵਗੈਰਾ, ਸਾਈਜ਼ ਵਗੈਰਾ ਪੂਰਾ ਫੁੱਲ ਆ, ਤੇ ਵੀ ਚੰਗਾ ਦੁੱਧ 40 ਕਿਲੋ ਦਾ ਤੁਹਾਨੂੰ ਆਰਾਮ ਨਾਲ ਪਾ ਦੂਗੀ, ਤੇ ਸੂਨ ਦੇ ਵਿੱਚ 15 ਦਿਨ ਪੈਂਡਿੰਗ ਪਿਆ 6ਵੇਂ ਨੰਬਰ ਵਾਲੀ ਬੈਠ ਦੇ। ਤੇ ਅੱਗੇ ਆਪਾਂ ਗੱਲ ਕਰਾਂਗੇ ਹੁਣ 7ਵੇਂ ਨੰਬਰ ਵਾਲੀ ਦੀ, ਇਹ ਕਿਹੜਾ ਸੂਆ ਸੁਣਦੀ ਹੈ, ਇਹ ਬਈ ਪਹਿਲਣ ਆ ਜੀ, ਠੀਕ ਹੈ, 2 ਦੇ ਦੰਦ ਹੋ ਕੇ ਪੂਰੇ ਚੌਕ ਦੇ ਚੱਕਦੀ ਹੈ, ਚੌਕ ਦੇ ਦੰਦ ਚੱਕਦੀ ਹੈ, ਚੱਕਦੀ ਹੈ ਜੀ। ਤੇ ਇਹਦਾ ਕੀ ਰਿਕਾਰਡ ਆਪਣਾ ਲਾ ਕੇ ਜਲੇਬੀ ਦੁੱਧ ਕਿੰਨਾ ਪਾ ਦੋਗੇ? ਰਿਕਾਰਡ ਬਈ ਬੱਸੀ 30 ਕਿਲੋ ਤੋਂ ਨਾਰਮਲੀ ਦੁੱਧ ਪਾਉਣਾ ਹੈ ਬੱਸੀ ਨੇ, ਠੀਕ ਹੈ, ਠੀਕ ਹੈ ਨਾ ਗੱਲ, ਜੇ ਮੇਰਾ ਅੰਚਲ ਆ ਗਾ ਇਦਾਂ ਦੇ ਤਰ੍ਹਾਂ ਮੰਨੇ ਫੋਰਨ ਕੰਟਰੀ ਵਾਲੇ ਬੱਸੀ ਨੂੰ ਹੁੰਦੀ ਹੈ, ਠੀਕ ਹੈ, ਇਹ ਦਿਨ ਕਿਆ ਕੱਢਦੀ ਹੈ, ਦਿਨੇ ਦੇ ਬਈ 13-14 ਦਿਨ ਬਾਕੀ ਦੇ ਪਿੰਡ ਦੇ, 13-14 ਦਿਨ ਬਾਕੀ, ਧੋਰੀ ਭਰਾ ਵਾਰ ਨੂੰ। ਸੋ 7ਵੇਂ ਨੰਬਰ ਤੇ ਪਲੂਨ ਪਹਿਲਾਂ ਸੋ ਸੁੰਦੀ ਪਈ ਆ, ਮੂੰਹ ਲਗਭਗ ਹੋਊ ਚੌਗੀ ਵੀਰੇ, ਚੌਗੀ ਵੀਰੇ ਚਾਰ ਦਿਨ ਚੌਗੀ ਦਾ ਕੱਢਦੀ ਹੈ ਵੀਰੇ ਬੱਸੀ ਦਾ, ਚੌਗੀ ਦੰਦ ਕੱਢਦੀ ਆ, ਕੱਢਦੀ ਆ ਜੀ। ਸੋ ਸਿਰਫ 3 ਸਾਲ ਦੀ ਹੈ ਜਾਈਦੀ, ਹਨਾ 3 ਸਾਲ ਦੀ ਹੈ ਬੱਸੀ ਦੀ, ਮਹੀਨਾ ਖੰਡ ਘੱਟ ਹੀ ਹੋਊਗੀ ਚੌਗੀ ਦੰਦ, ਕਿਉਂਕਿ ਕੱਢਦੀ ਆ। ਸੋ ਬਾਕੀ ਨਾੜਾ ਨੂੜਾ ਦੇਖੋ ਸਾਫ਼ ਸੁਥਰੀ ਆ, ਫੁੱਲ ਸਾਈਜ਼ ਦੇ ਵਿੱਚ ਆ, ਪਲੂਨ ਪਹਿਲਾਂ ਸੋ ਸੁੰਦੀ ਪਈ ਆ, ਹਲੇ ਦਿਨ ਕੁਝ ਲੈ ਜੂਗੀ, ਥਣ ਥੁਣ ਬਹੁਤ ਚੰਗਾ ਬਈ, ਚਲਕਦਾ ਆ ਦੀ ਇਹ ਬੱਸੀ, ਮੈਂ ਕੁਝ ਦਿਖਾਉਂਗੀ, ਠੀਕ ਹੈ। ਸੋ ਦੇਖੋ ਪੂਰੀ ਸਾਫ਼ ਸੁਥਰੀ, ਸੂਣ ਚ ਕੁਝ ਦਿਨ ਬਾਕੀ, ਰਾਜੀ ਪਲੀ ਪੁਲੀ ਬਹੁਤ ਆ।
ਸੋ ਆਪਾਂ ਤੁਹਾਨੂੰ 7 ਨਾਗ ਦਿਖਾ ਤੇ, 5 ਦਿਖਾ ਦਿਆ ਗੱਭਣਾ ਅਤੇ 2 ਦਿਖਾ ਦਿਆਂ ਤਾਜ਼ਾ ਸੂਈਆਂ ਹੋਇਆਂ ਵਪਾਰ ਦਾ ਕੰਮ ਆ ਵੀਰਾਂ ਦਾ। 1 ਤਰੀਕ ਨੂੰ ਆਪਾਂ ਵੀਡੀਓ ਕਵਰ ਕਰੀਏ, ਜਦ ਮਰਜ਼ੀ ਪਹੁੰਚੋ ਵੀਰ, ਵੀਰਾਂ ਕੋਲ ਨਾਗ ਇੱਥੇ ਅਵੇਲੇਬਲ ਮਿਲਦੇ ਆ, HF ਬੈੜਾਂ ਅਤੇ ਜਰਸੀ ਵਗੈਰਾ ਵੀ ਮਿਲਦੇ ਆ, ਪਰ ਮੇਨ ਅੱਜ ਦੀ ਘੜੀ HF ਹਾਜ਼ਰ ਆ ਗਈਆਂ। ਸੋ ਦੇਖੋ ਪਹਿਲੇ ਨੰਬਰ ਵਾਲੀ ਬੈਠੀ ਰਹਿੰਦੀ, ਬੈਠੇ ਜੇਰ ਪੈਂਦੀ ਹੈ, ਜੇਰ ਪੈਂਦੀ ਹੈ, ਬੈਠੀ ਰਹਿੰਦੀ ਭਾਵੇਂ ਕੋਈ। ਸੋ ਦੇਖੋ ਜੇਰ ਦਾ ਲੜ ਤੁਰਿਆ ਵਾ, ਕੋਈ ਇਹੋ ਜਿਹੀ ਗੱਲ ਨਹੀਂ, ਜੇਰ ਤੋਂ ਡਰਨ ਵਾਲੀ ਗੱਲ ਨਹੀਂ। ਪਸ਼ੂ ਜੇ ਜਿੰਦੇ ਜਾਣਾ ਬੋਡੀ ਵੇਟ ਆ ਤਾਂ ਜੇਰ ਆਟੋਮੈਟਿਕ ਵਧੀਆ ਪੈਣੀ ਹੈ, ਹੈ ਨਾ ਬਈ। ਇਹ ਸਮੀ ਪਲੀ ਵੀ ਖਵਾਇਆ ਵਿਆ ਬੱਸੀ ਦਾ, ਬਾਕੀ ਵੀ ਆਪ ਮਾਂ ਚੰਗੀ ਦੀ ਆ, ਅਗਲੇ ਬਈ ਚੰਗਾ ਟੀਕਾ ਲਵਾਇਆ, ਠੀਕ ਹੈ ਨਾ ਗੱਲ। ਇਹ ਆਰਡਰ ਦੀ ਕੁਆਲਿਟੀ ਦੱਸ ਦਈਏ ਵੀ ਚੰਗੀ ਸੀਮਿੰਟ ਦੀ ਆ, ਵਧੀਆ ਦੀ। ਠੀਕ ਹੈ, ਆਪਾਂ ਨਾਮ ਡਰੈਸ ਦੱਸ ਦਈ ਫਿਰ। ਨਾਮ ਬਈ ਭਵਨ ਸਿੰਘ, ਪਿੰਡ ਹੰਡਾਇਆ, ਜ਼ਿਲ੍ਹਾ ਬਰਨਾਲਾ ਜੀ। ਠੀਕ ਹੈ, 98-77-92-98। ਆਪਾਂ ਹਾਂਜੀ, ਆਪਣਾ ਵੀਰੇ ਕਈ ਵਾਰ ਵੀਰਾਂ ਵਾਲਾ ਕਹਿੰਦਾ ਲੱਗ ਜਾਂਦਾ ਬਈ ਆਪ ਦੀ ਹੈਗੀ, ਆਪਣਾ ਵੀਰੇ ਵਪਾਰ ਦਾ ਕੰਮ ਆਉਂਦਾ। ਠੀਕ ਹੈ, ਵੀ ਲਿਆਉਂਦੇ ਆਪਾਂ ਆਪਾਂ ਲਿਆਉਣੇ ਹੈਗੇ, ਠੀਕ ਹੈ ਨਾ। ਕਈ ਵਾਰ ਵੀਰ ਪੁੱਛਣ ਲੱਗ ਜਾਂਦੇ ਨੇਗੇ, ਅਤੇ ਇੱਕ ਵੀਰ ਵਾਣ ਕੇ ਵੀ ਬਾਈਆਂ ਨੂੰ ਬੇਨਤੀ ਹੈ ਜੀ ਵੀ ਆਪਾਂ ਨੂੰ ਤੋਕੜ ਗੱਭਣਾ ਗਾਂ ਵਾਲਾ ਫੋਨ ਨਾ ਲਾਵੇ, ਨਾ ਆਪਾਂ ਲੈਂਦੇ ਨਾ ਲੈਣੇ ਨਾ ਲੈਂਦੇ ਨਾ ਆਪਾਂ ਲਈਏ ਬਾਈ। ਠੀਕ ਹੈ, ਸੁਭਾਅ ਦੇ ਗੱਲ ਵਪਾਰ ਦਾ ਕੰਮ ਕੋਈ ਵੀਰ ਕਰਦਾ, ਤੋਕੜ ਗੱਭਣ ਵੇਚ ਕੇ ਪਰੇਸ਼ਾਨ ਨਹੀਂ ਹੁੰਦੇ, ਮੁੜ ਕੇ ਵੀਰ ਕਹਿੰਦਾ ਵੀ ਰੌਲਾ ਪੈਂਦਾ ਤੋਕੜ ਗੱਭਣ ਦਾ। ਕਾਰੋਬਾਰੀ ਕੋਈ ਵੀ ਕੰਮ ਆ, ਵਪਾਰੀ ਜਿਹਦਾ ਕੰਮ ਚੱਲਦਾ ਉਹ ਲੈਂਦਾ ਨਹੀਂ ਕੋਈ ਵੀ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਕਿਸੇ ਨਵੀਂ ਹੋਰ।